ਡਿਵੈਲਪਮੈਂਟ ਕੀਤੀ ਹੈ ਇਹ 6 ਮਹੀਨਿਆਂ ਚ ਤੁਹਾਡੇ ਏਰੀਏ ਕਾਹੀ ਹੈ ਜੀ ਸਾਰੇ ਖੇਲ ਹਰ ਕੇ ਸੜਕਾਂ ਲਾਵਲੇ ਮੈਂ ਤਾਂ ਘਰੇ ਬੈਠੂਗਾ ਚੀਫ ਮਿਨਿਸਟਰ ਸਾਹਿਬ ਨੂੰ ਕਹੂੰਗਾ ਜੀ ਤੁਸੀਂ ਇੱਥੇ ਇਲੈਕਸ਼ਨ ਲੜੋ ਮੈਂ ਨਹੀਂ ਮੈਂ ਤਾਂ ਆਪਣਾ ਮਾਈਂਡ ਪ੍ਰਪੇਅਰ ਕੀਤਾ ਹੋਇਆ ਮੈਂ ਦਿਲਜੀਤ ਨੂੰ ਦੱਸਿਆ ਆਸ਼ੂ ਜੀ ਨੂੰ ਦੱਸਿਆ बसंत एवेन्यू के लोगों द्वारा अपने इलाके के सरपंच पर डेवलपमेंट व इलाकों की सड़कें और सीवरेज की समस्या से निजात दिलाने के नाम से उनसे पैसे ऐंठने का आरोप लगाया गया है। इलाका निवासियों ने कहा कि जो डेवलपमेंट सरकार को करवानी चाहिए वो डेवलपमेंट लोगों के पैसे से करवाई जा रही है। यहाँ बता दें कि इस इलाके में जब रवनीत बिट्टू अपनी चुनावी प्रचार सभा को संबोधित करने इलाका विधायक के साथ पहुँचे तो लोगों ने अपना रोष इलाका विधायक को जताया। ये आरोप हम नहीं लगा रहे, ये कहना है उस इलाके में रहने वाले लोगों का। ਸਾਡੇ ਕੋਲੋਂ ਜਿਹੜੇ ਉੱਥੇ ਪੈਸੇ ਆ ਰਹੇ ਨੇ ਫੰਡ ਆ ਰਿਹਾ ਹੈ ਉਹ ਫੰਡ ਜਿਹੜਾ ਹੈ ਇਤਨਾ ਘੱਟ ਆ ਰਿਹਾ ਕਿ ਉਹਦੇ ਕੋਈ ਮਤਲਬ ਜਿਹਨੂੰ ਕਹਿ ਸਕਦੇ ਹੋ ਕਿ ਨਾਮ ਮਾਤਰ ਦਾ ਵੀ ਨਹੀਂ ਹੈ। ਬਾਕੀ ਪਬਲਿਕ ਦਾ ਪੈਸਾ ਮਿਲਾਉਂਦੇ ਹਾਂ ਤਾਂ ਜਾ ਕੇ ਉਹ ਸੜਕਾਂ ਬਣਨੀ ਚਾਲੂ ਹੋਈਆਂ ਨੇ। ਇਹ ਐਤਕੀ ਦੇ ਜਿਹੜੇ ਸਰਪੰਚ ਆਏ ਨੇ ਨਾ ਉਹਨਾਂ ਦੇ ਐਫਰਟਸ ਨੂੰ ਜ਼ਰੂਰ ਕੀਤਾ ਹੈ ਕਿ ਪੈਸੇ ਲੈ ਕੇ ਉਹਦੇ 'ਚ ਨਹੀਂ ਤੁਸੀਂ ਚੱਲੋ ਸਾਰੇ ਮਹੱਲੇ 'ਚ ਤੁਹਾਨੂੰ ਆਪਾਂ ਗੱਲ ਕਰਾਉਂਦੇ ਹਾਂ ਸਾਰੇ ਰੈਜੀਡੈਂਟ ਦੱਸਣਗੇ ਵੀ ਕਿੰਨੇ ਕਿੰਨੇ ਪੈਸੇ ਦਿੱਤੇ ਨੇ ਅਤੇ ਹਰੇਕ ਤੋਂ ਘਰ ਤੋਂ ਲੈ ਬਿਨਾਂ ਉਹਨਾਂ ਤੋਂ ਕਿਵੇਂ ਲੈ ਤਾਂ ਪੈਸੇ ਇੰਨਾ ਕੌਣ ਪਾਊਗਾ ਜੀ। ਹੁਣ ਇਹ ਤਾਂ ਉਹ ਦੱਸੂਗਾ ਜੀ ਵੀ ਕਿਉਂ ਕਹਿ ਰਿਹਾ ਵੀ ਉਹਨੂੰ ਕੋਈ ਪ੍ਰੋਬਲਮ ਆਉਣੀ ਹੈ। ਨਹੀਂ ਲੈ ਰਹੇ ਜੀ ਸਭ ਇਕੱਲੇ ਇਕੱਲੇ ਇਕੱਠੇ ਹੋ ਕੇ ਜਾਂਦੇ ਨੇ ਅੱਠ ਅੱਠ ਦਸ ਦਸ ਸਾਰੀ ਪੰਚਾਇਤ 9 ਦੇ 9 ਮੈਂਬਰ ਨਾਲ ਜਿਹੜੇ ਹੋਰ ਮੋਹਤਵਰ ਬੰਦਿਆਂ ਨੂੰ ਲੈ ਕੇ ਦਿਓ ਜੀ ਆਪਾਂ ਤੁਹਾਡੀ ਸੜਕਾਂ ਬਣਾਉਂਦੇ ਹਾਂ ਗਲੀਆਂ ਬਣਾਉਂਦੇ ਹਾਂ ਸਾਹਮਣੇ ਜਾ ਕੇ ਹਾਂਜੀ ਇਕੱਲੇ ਇਕੱਲੇ ਘਰ 'ਚ ਜਾ ਕੇ ਮੰਗਦੇ ਆ। ਤੁਸੀਂ ਕਿਸੇ ਨੂੰ ਪੁੱਛੋ ਜਾ ਕੇ ਸਾਰੀ ਕਲੋਨੀ 'ਚ 1000 ਕੋਠੀ ਆ 1000 ਬੰਦੇ ਨੂੰ ਪੁੱਛੋ ਹਰੇਕ ਨੂੰ ਪਤਾ ਵੀ ਆ ਵੀ ਇਹ ਇਸ ਤਰੀਕੇ ਨਾਲ ਬਣ ਰਹੀਆਂ ਨੇ ਤਾਂ ਹੈ ਹੀ ਆ ਜੀ। ਤਾਂ ਆਪ ਕਹਿ ਰਹੇ ਵੀ ਸਰਕਾਰ ਨੂੰ ਪਹਿਲਾਂ ਦੇਖਣਾ ਚਾਹੀਦਾ ਸੀਗਾ। ਐਕਚੁਅਲੀ ਪ੍ਰਾਈਵੇਟ ਕਲੋਨੀ ਕਰਕੇ ਲੋਕਾਂ ਦਾ ਇਹ ਸੀਗਾ ਵੀ ਇਹ ਕਲੋਨਾਈਜ਼ਰ ਨਹੀਂ ਬਣਾਉਣੀਆਂ ਨੇ ਪਹਿਲਾਂ ਲਾ ਨਹੀਂ ਸੀ ਸਕਦੇ ਉਹ ਤਾਂ 100% ਗਲਤ ਆ ਜੀ ਕੰਮ ਪੈਸਾ ਲੈ ਕੇ ਕਰਨਾ। ਪਰ ਇਹ ਆ ਵੀ ਲੋਕ ਫੈਸਿਲਿਟੀ ਮੰਗਦੇ ਨੇ ਤਾਂ ਹੋ ਸਕਦਾ ਉਹਦੇ ਇਹ ਸਕੀਮ ਵਧੀਆ ਲੱਗਦੀ ਹੋਵੇ ਉਹਨੂੰ। ਡਿਵੈਲਪਮੈਂਟ ਤਾਂ ਸਰ ਪਰਸੋਂ ਦੀ ਚੱਲ ਰਹੀ ਹੈ ਸਾਰਿਆਂ ਦੀ, ਸਾਰੇ ਘਰ ਵਾਲੇ ਮਿਲ ਕੇ ਆਪ ਹੀ ਪੈਸੇ ਪਾ ਕੇ ਇਹ ਸੜਕਾਂ ਬਣਾ ਰਹੇ ਹੈ। ਅੱਜ 15 ਸਾਲ ਹੋ ਗਏ ਸਾਨੂੰ ਇੱਥੇ ਆਏ ਨੂੰ, ਅੱਜ ਤੱਕ ਕਦੀ ਸੜਕਾਂ ਨਹੀਂ ਬਣੀਆਂ ਇੱਥੇ ਤੱਕ। ਹਲਕਾ ਵਿਧਾਇਕ ਕੁਲਦੀਪ ਬੈਜ ਜੀ ਕੰਟਰੀਬਿਊਟ ਕਰਕੇ ਆਪਣੇ ਅੱਗੇ ਸੜਕਾਂ ਬਣਾ ਰਹੀ ਹੈ। ਸਾਡਾ ਨਾਮ ਸੱਸੀ ਕੋ ਪੈਸੇ ਲੈ ਕੇ ਕੀ ਕਰਾਂਗੇ ਜੀ, ਅਸੀਂ ਪੈਸੇ ਲੈ ਕੇ ਕੀ ਕਰਾਂਗੇ। ਪਬਲਿਕ ਆਪਣੇ ਅੱਗੇ ਸੜਕਾਂ ਬਣਾ ਰਹੀ ਹੈ, ਉਹ ਲੋਕ ਆਪਸ ਦੇ ਵਿੱਚ ਕੰਟਰੀਬਿਊਟ ਕਰ ਰਹੇ ਹਨ, ਰੋਡਸ ਬਣਾ ਰਹੇ ਹਨ, ਅਤੇ ਇਹਦੇ ਵਿੱਚ ਸਾਡਾ ਕੀ ਫਾਲਟ ਹੈ। ਅਸੀਂ ਇਹ ਆਸ਼ਵਾਸਨ ਦਿਲਾਉਂਦੇ ਹਾਂ ਕਿ ਬਸੰਤ ਐਵੇਨਿਊ ਦੀ ਜਿਹੜੀ ਵੀ ਪੰਚਾਇਤ ਨੂੰ ਜਿਹੜੀ ਵੀ ਗ੍ਰਾਂਟਸ ਆਏਗੀ ਬੜੀ ਇਮਾਨਦਾਰੀ ਅਤੇ ਬੜੀ ਉਹਦੇ ਨਾਲ ਬਸੰਤ ਐਵੇਨਿਊ ਦੇ ਵਿੱਚ ਲਗਾਈ ਜਾਏਗੀ।